ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਅਗਲੇ 48 ਘੰਟਿਆਂ ਵਿੱਚ ਪੂਰੀ ਦੁਨੀਆ ਵਿੱਚ ਇੰਟਰਨੈੱਟ ਬੰਦ ਹੋ ਸਕਦਾ ਹੈ। ਜੀ ਹਾਂ, ਅਸੀਂ ਇਹ ਗੱਲ ਆਪ ਨਹੀਂ ਕਹਿ ਰਹੇ, ਸਗੋਂ ਜੋ ਜਪਾਨ ਦੀਆਂ ਵੈਬਸਾਈਟਸ ਨੇ, ਨਿਊਜ਼ ਚੈਨਲ ਨੇ, ਉਹ ਇਹ ਗੱਲ ਕਹਿ ਰਹੇ ਹਨ ਕਿ ਅਗਲੇ 48 ਘੰਟਿਆਂ ਵਿੱਚ ਇੰਟਰਨੈੱਟ ਬੰਦ ਹੋ ਜਾਵੇਗਾ। ਇਹ ਕਿੰਨਾ ਟਾਈਮ ਬੰਦ ਹੋਵੇਗਾ ਜਾਂ ਅਗਲੇ 48 ਘੰਟਿਆਂ ਲਈ ਬੰਦ ਹੋਵੇਗਾ, ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਪਰ ਇੱਥੇ ਇਹ ਕਹਿਣਾ ਵੀ ਬਹੁਤ ਲਾਜ਼ਮੀ ਹੈ ਕਿ ਜੋ ਇੰਟਰਨੈੱਟ ਬੰਦ ਹੋਣਾ ਹੈ, ਇਹ ਬੰਦ ਤਾਂ ਕਰਕੇ ਹੋਣਾ ਹੈ ਕਿ ਪੂਰੀ ਦੁਨੀਆ ਦਾ ਜੋ ਸਰਵਰ ਹੈ ਉੱਥੇ ਕੁਝ ਟੈਕਨੀਕਲ ਚੇਂਜਸ ਕਰਨੇ ਹਨ। ਕਿਹਾ ਜਾ ਰਿਹਾ ਹੈ ਕਿ ਜਿਵੇਂ ਫੇਸਬੁੱਕ ਵਿੱਚ ਕੁਝ ਹੈਕਿੰਗ ਚੱਲਦੀ ਪਈ ਹੈ, ਅਤੇ ਯੂਟਿਊਬ ਵਿੱਚ ਵੀ ਉਸਨੂੰ ਲੈ ਕੇ ਕੁਝ ਸਿਕਿਉਰਿਟੀ ਚੇਂਜਸ ਕੀਤੇ ਜਾਂਦੇ ਹਨ, ਜਿਸ ਕਰਕੇ ਇੰਟਰਨੈੱਟ ਬੰਦ ਹੋ ਸਕਦਾ ਹੈ। ਇੱਥੇ ਦੂਸਰੇ ਪਾਸੇ ਜੇ ਅਸੀਂ ਦੱਸ ਦਈਏ ਕਿ ਜੇਕਰ ਇੰਟਰਨੈੱਟ ਬੰਦ ਹੋ ਗਿਆ ਤਾਂ ਇਸ ਨਾਲ ਕੀ ਹੋ ਸਕਦਾ ਹੈ। ਜਿੱਥੇ ਪੂਰੀ ਦੁਨੀਆ ਦੀ ਸਟਾਕ ਐਕਸਚੇਂਜ ਮਾਰਕੀਟ ਚੱਲਦੀ ਹੈ, ਉਹ ਪੂਰੀ ਤਰ੍ਹਾਂ ਠੱਪ ਹੋ ਸਕਦੀ ਹੈ। ਏਅਰਲਾਈਨਸ ਦਾ ਸਿਸਟਮ ਪੂਰੀ ਤਰ੍ਹਾਂ ਠੱਪ ਹੋ ਸਕਦਾ ਹੈ। ਉੱਥੇ ਹੀ ਬੈਂਕਿੰਗ ਸੈਕਟਰ ਵਿੱਚ ਵੀ ਬਹੁਤ ਵੱਡਾ ਘਮਾਸਾਨ ਹੋ ਸਕਦਾ ਹੈ।